ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਰਾਤ ਹਨੇਰੀ ਅਗਿਆਨ ਲਖ, ਰਾਤ ਹਨੇਰੀ ਅੰਧਕਾਰ ਲਖ, ਕਰੂੜੀ ਚਮਕਣ ਤਾਰੇ, ਘਰ ਘਰ ਦੀਵੇ ਬਾਲੀਆਂ, ਪਰ ਘਰ ਤੱਕਣ ਚੋਰ ਚਕਾਰੇ, ਹੱਟ ਪੱਟਣ ਘਰ ਵਾਰੀਆਂ, ਦੇ ਦੇ ਤਾਕ ਸਭ ਨਰ ਨਾਰੇ, ਸੂਰਜ ਜੋਤ ਦੋਤ ਕਰ ਤਾਰੇ, ਰਾਤ ਹਨੇਰ ਨਵਾਰੇ, ਬੰਧਨ ਮੁਕਤ ਕਰਾਏ ਦਾ ਨਾਮ ਦਾਨ ਇਸ਼ਨਾਨ ਵਿਚਾਰੇ, ਗੁਰਮੁਖ ਸੁਖ ਫਲ ਸਾਧ ਸੰਗ, ਪਸ਼ੂ ਪ੍ਰੇਤ ਪਤਤ ਨਿਸਤਾਰੇ, ਪਰਪਕਾਰੀ ਗੁਰੂ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਬਖਸ਼ਿਸ਼ ਕਿਰਪਾ ਕੀਤੀ ਹੈ। ਸੇਵਕ ਉਹ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਘਰਾਂ ਚੋਂ ਬਰੋਸਾਏ ਭਾਈ ਫਾਰੂ ਸਾਹਿਬ ਦੇ ਅੰਸ ਵੰਸ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਪੰਜਾਂ ਪਿਆਰਿਆਂ ਦੇ ਮੁਖੀ ਜਥੇਦਾਰ ਹਜ਼ੂਰ ਮਹਾਰਾਜ ਦੇ ਗੁਰਵਈ ਹਜ਼ੂਰੀ ਸੇਵਕ ਸਨ, ਉਹਨਾਂ ਤੋਂ ਬਰੋਸਾਏ ਧੰਨ ਧੰਨ ਬਾਬਾ ਸੋਭਾ ਸਿੰਘ ਜੀ, ਜਿਨ੍ਹਾਂ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਸਤਿਗੁਰੂ ਨੇ ਤਿਆਗ ਕੀਤਾ, ਕੇਸਗੜ੍ਹ ਸਾਹਿਬ ਦੀ ਸੇਵਾ ਉਹਨਾਂ ਨੂੰ ਬਖਸ਼ੀ, ਔਰ ਸੀਸ ਗੰਜ ਦੀ ਸੇਵਾ ਉਦਾਸੀ ਮਹਾਂਪੁਰਖ ਬਾਬਾ ਗੁਰਬਖਸ਼ ਜੀ ਨੂੰ ਬਖਸ਼ ਕੇ, ਫਿਰ ਮਹਾਰਾਜ ਨੌਵੇਂ ਪਾਤਸ਼ਾਹ ਚਰਨੇ ਅਰਦਾਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਤਿਆਗ ਕਰਕੇ ਗਏ ਸੀ। ਬਾਬਾ ਸੋਭਾ ਸਿੰਘ ਸਾਹਿਬ ਜੀ ਦਾ ਜੋ ਪਵਿੱਤਰ ਸਥਾਨ ਚਾਕੂ ਹੋਲਗੜ੍ਹ ਵਿੱਚ ਗੁਰਦੁਆਰਾ ਹੋਲਗੜ੍ਹ ਸਾਹਿਬ ਦੇ ਨਜ਼ਦੀਕ ਹੈ, ਅਤੇ ਸ਼੍ਰੀ ਮਾਨ ਬਾਬਾ ਬਹਾਲ ਸਿੰਘ ਜੀ ਹਰਖੁਆਲ ਵਾਲੇ ਮਹਾਂਪੁਰਖ ਹਨ, ਉਸ ਪਵਿੱਤਰ ਸਥਾਨ ਦਾ ਆਪ ਕਿਰਪਾ ਕਰਕੇ ਨੀਂਹ ਪੱਥਰ ਰੱਖਿਆ ਸੀ, ਅਤੇ ਉਸ ਸਥਾਨ 'ਤੇ ਬਾਬਾ ਈਸ਼ਰ ਸਿੰਘ ਜੀ ਜੋ ਮਹਾਨ ਤਪੱਸਵੀ ਸੀਗੇ, ਔਰ ਧੰਨ ਧੰਨ ਬਾਬਾ ਆਦਰ ਸਿੰਘ ਜੀ ਮਹਾਰਾਜ ਜੀ ਦੇ ਚਰਨ ਸੇਵਕ ਸੀ, ਔਰ ਇਹਨਾਂ ਦੇ ਬਜ਼ੁਰਗ ਜੋ ਮਲੇਰਕੋਟਲੇ ਨਾਮਧਾਰੀਏ ਸ਼ਹੀਦ ਹੋਏ, ਉਹਨਾਂ ਸੱਠਾਂ 'ਚੋਂ ਇੱਕ ਸਨ। ਆਪ ਜੀ ਫੌਜ ਵਿੱਚ ਕੈਪਟਨ ਰੈਂਕ ਤੋਂ ਰਿਟਾਇਰ ਹੋਏ, ਔਰ ਪੂਰੇ ਵਿਵੇਕੀ ਗੁਰਮੁਖ ਪਿਆਰੇ ਮਹਾਂਪੁਰਖ ਸੀਗੇ, ਅਤੇ ਬਾਬਾ ਸੋਭਾ ਸਿੰਘ ਦੇ ਅਸਥਾਨ 'ਤੇ ਗਿਆਨੀ ਚਰਨਜੀਤ ਸਿੰਘ ਜੀ ਸੁਲਤਾਨਪੁਰ ਵਾਲੇ ਉਹਨਾਂ ਦੀ ਸੇਵਾ 'ਚ ਰਹੇ ਤਕਰੀਬਨ 117 ਸਾਲ ਦੀ ਉਮਰ ਭੋਗ ਕੇ ਗੁਰੂ ਨੂੰ ਪਿਆਰੇ ਹੋਏ, ਔਰ ਅਖੀਰ ਤੱਕ
ਆਪਣੀ ਕਿਰਿਆ, ਜਲ ਪਾਣੀ, ਲੰਗਰ ਪਾਣੀ, ਵਸਤਰ ਆਦਿਕ ਧੋਣੇ, ਸਾਰੀ ਕਿਰਿਆ ਆਪ ਹੀ ਕਰਦੇ ਰਹੇ। ਔਰ ਗੁਰਮੁਖ ਆਏ ਜਾ ਨਿਸੰਗ, ਬਿਨਾਂ ਕਿਸੇ ਬਿਮਾਰੀ ਤੋਂ, ਜਿਵੇਂ ਸਭ ਕੁੰਜ ਤਿਆਗ ਦਾ ਤਿਆਗ ਕੇ ਮਾਰੇ ਦੇ ਚਰਨਾਂ 'ਚ ਬਰਾਜੇ। ਔਰ ਇਸੇ ਤਰ੍ਹਾਂ ਸਰਦਾਰ ਅਜੈਬ ਸਿੰਘ ਜੀ ਔਰ ਉਹਨਾਂ ਦੇ ਆਪਣੇ ਮਾਮਾ ਜੀ ਦੇ ਲੜਕੇ ਭਾਈ ਹਰੀਓਮ ਸਿੰਘ ਜੀ ਅਤੇ ਸਰਦਾਰ ਅਜੈਬ ਸਿੰਘ ਜੀ ਨੇ ਅੰਗਰੇਜ਼ ਤੋਂ ਫਾਰਗ ਹੋ ਕੇ ਜਿਵੇਂ 25 ਸਾਲ ਬ੍ਰਹਮਚਾਰੀ, 25 ਸਾਲ ਗ੍ਰਹਿਸਥੀ, 25 ਸਾਲ ਬਾਣ ਪ੍ਰਸਤੀ, 25 ਸਾਲ ਸੰਨਿਆਸ, ਉਹਨਾਂ ਨਿਯਮਾਂ ਦਾ ਪਾਲਣਾ ਕਰਦਿਆਂ ਹੋਇਆਂ ਉਹਨਾਂ ਨੇ ਵੀ ਕਾਫੀ ਸੇਵਾ ਨਿਭਾਈ। ਭਾਈ ਹਰੀਓਮ ਸਿੰਘ ਜੀ ਜਿਨ੍ਹਾਂ ਦੇ ਸਤਿਕਾਰਯੋਗ ਪਿਤਾ ਆਪਣੇ ਸੁਆਮੀ ਰਖਾ ਰਾਮ ਜੀ ਜਦੋਂ ਇਹ 1 ਸਾਲ ਦੇ ਸੀ ਅਤੇ ਉਹਨਾਂ ਨੇ ਵੀ ਸੰਨਿਆਸ ਲੈ ਲਿਆ ਸੀ। ਇਹਨਾਂ ਦੇ ਸਤਿਕਾਰਯੋਗ ਮਾਤਾ ਜੀ ਨੇ ਬੜਾ ਪਤੀਵਰਤਾ ਧਰਮ ਨਿਭਾਇਆ ਅਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਕੀਤੀ। ਅਤੇ ਭਾਈ ਹਰੀਓਮ ਸਿੰਘ ਜੀ ਜਿੱਥੇ ਮਾਤਾ ਪਿਤਾ ਦੀ ਵਫਾਦਾਰੀ ਨਾਲ ਸੇਵਾ ਨਿਭਾਈ, ਰਾਸ਼ਟਰ ਦੀ ਸੇਵਾ, ਫੌਜ ਵਿੱਚ ਵੀ ਸੇਵਾ ਨਿਭਾਈ ਔਰ ਲੋਕ ਸੰਪਰਕ ਮਹਿਕਮੇ 'ਚ ਵੀ ਸੇਵਾ ਨਿਭਾਈ। ਗ੍ਰਿਸ ਤੋਂ ਫਰੀ ਹੋ ਕੇ ਇਹਨੇ ਵੀ ਆਪਣੇ ਪਿਤਾ ਪੁਰਖੀ ਅਸੂਲਾਂ ਮੁਤਾਬਕ ਸੰਨਿਆਸ ਲਿਆ ਅਤੇ ਸ਼੍ਰੀ ਅਨੰਦਪੁਰ ਸਾਹਿਬ ਤਕਰੀਬਨ 17 ਸਾਲ ਬਾਬਾ ਸੋਭਾ ਸਿੰਘ ਜੀ ਦੇ ਸਥਾਨ ਦੀ ਸੇਵਾ ਨਿਭਾ ਕੇ ਅਕਾਲ ਚਲਾਣਾ ਕਰ ਗਏ ਅਤੇ ਕਿਸੇ ਤਰ੍ਹਾਂ ਦਾ ਦੁੱਖ ਕਸ਼ਟ ਜਿਹੜਾ ਨਹੀਂ ਆਇਆ। ਅਤੇ ਇੱਧਰ ਹੋਲੇ ਮਹੱਲੇ ਦੀ ਵੀ ਤਿਆਰੀ ਸੀ, ਸ਼ਾਮ ਨੂੰ ਜਿਵੇਂ ਜਾਪ ਕਰਦੇ ਕੀਤਾ ਅਰਦਾਸ ਹੋਈ, ਐਵੇਂ ਸੰਖੇਪ ਜਿਹਾ ਸੰਕਟ ਆਇਆ, ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਹੋਇਆ। ਗੁਰੂ ਮਹਾਰਾਜ ਆਪਣੇ ਪਿਆਰਿਆਂ ਦੀ ਆਪੇ ਇਲਾਜ ਰੱਖਦੇ ਆ। ਸੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵੀ ਉਹਨਾਂ ਦੀ ਯਾਦ ਪਾਠਾਂ ਦੇ ਭੋਗ ਪੁਆਏ। ਸ਼੍ਰੀ ਅਨੰਦਪੁਰ ਸਾਹਿਬ ਬਾਬਾ ਸੋਭਾ ਸਿੰਘ ਦੇ ਸਥਾਨ 'ਤੇ ਵੀ ਔਰ ਭੋਗ ਪਾ ਕੇ ਕੀਰਤਪੁਰ ਅੰਤਿਮ ਕਿਰਿਆ ਕੀਤੀ। ਔਰ ਇਸੇ ਤਰ੍ਹਾਂ ਉਹਨਾਂ ਦੇ ਨਗਰ ਔਰ ਪੰਜਟਾ ਨਗਰ 'ਚ 6ਵੇਂ ਪਾਤਸ਼ਾਹ ਦੇ ਸਥਾਨ 'ਤੇ ਉਹਨਾਂ ਦੀ ਯਾਦ 'ਚ ਪਾਠ ਲੰਗਰ ਹੋਏ। ਇੱਥੇ ਸੁਲਤਾਨਪੁਰ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਧੰਨ ਧੰਨ ਬਾਬਾ ਜਵਾਲਾ ਸਿੰਘ ਮਹਾਰਾਜ ਦੇ ਹੁਕਮ ਵਿੱਚ ਉਸ ਸਥਾਨ 'ਤੇ ਪਾਠਾਂ ਦੇ ਭੋਗ ਪਾਏ, ਲੰਗਰ ਦੀਵਾਨ ਸਜੇ। ਸੋ ਜਿਹੜਾ ਗੁਰੂ ਘਰ ਦੀ ਸੇਵਾ ਕਰਦਾ ਹੈ, ਸੰਗਤ ਵੀ ਉਹਦਾ ਪੂਰਾ ਪੂਰਾ ਮਾਣ ਸਤਿਕਾਰ ਕਰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੱਸਦੇ ਹਨ, ਰਾਤ ਹਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ। ਕਹਿੰਦੇ ਜਦੋਂ ਹਨੇਰੀ ਰਾਤ ਹੁੰਦੀ ਹੈ, ਲੱਖਾਂ ਕਰੋੜੇ ਕਰੋੜਾਂ ਤਾਰੇ ਆਕਾਸ਼ ਜਿਹੜੇ ਚਮਕਦੇ ਟਿਮਟ ਹੁੰਦੇ ਆ। ਘਰ ਘਰ ਦੀਵੇ ਵਾਲੀਆਂ ਨੇ, ਪਰ ਘਰ ਤੱਕ ਚੋਰ ਚਕਾਰੇ, ਘਰਾਂ ਘਰਾਂ 'ਚ
ਦੀਵੇ ਬਾਲ ਕੇ ਲੋਕ ਪ੍ਰਕਾਸ਼ ਕਰਦੇ, ਕਿਉਂਕਿ ਜਿਹੜੇ ਭੈੜੀ ਬਿਰਤੀ ਵਾਲੇ ਚੋਰ ਚੁੱਕੇ ਹੈ ਉਹ ਘਰ ਘਰ ਤੱਕਦੇ ਫਿਰਦੇ ਆ, ਕਿਤੇ ਦਾਲ ਅੱਗੇ ਚੋਰੀ ਕਰੀਏ, ਕਿਉਂਕਿ ਮਨਮੁੱਖ ਔਰ ਗੁਰਮੁਖਾਂ ਦਾ ਸੰਸਾਰ ਹੈ, ਉਹਦੇ ਬਾਰੇ ਭਾਈ ਸਾਹਿਬ ਨਿਰਣਾ ਦਿੰਦੇ ਹਨ। ਅੱਟ ਪੱਟਣ ਕਰ ਵਾਰੀਆਂ ਦੇ ਦੇ ਤਾਕ ਸਭਨ ਨਰ ਨਾਰੇ, ਫਿਰ ਹੱਟ ਹੱਟਾਂ ਦੁਕਾਨਾਂ ਵਾਲੇ ਅਤੇ ਸ਼ਹਿਰ ਜਿਹੜੇ ਪੱਟਣ ਘਰਾਂ ਘਰਾਂ ਵਾਲੇ, ਹਾਂਜੀ, ਅਤੇ ਦਰਵਾਜ਼ੇ ਮਾਰ ਮਾਰ ਕੇ ਅਤੇ ਨਰ ਨਾਰੇ, ਹਾਂਜੀ, ਤਾਕ ਕਾਰੋਬਾਰੀ ਜਿਹੜੇ ਗ੍ਰਹਿਸਥੀ ਲੋਕ, ਤਾਕ ਸਗਨ ਨਰ ਨਾਰੇ, ਦਰਵਾਜ਼ੇ ਬੰਦ ਕਰਕੇ ਇਸਤਰੀਆਂ ਪੁਰਸ਼ ਸੁਣਦੇ ਆ। ਸੂਰਜ ਹੋ ਤਾਂ ਦੋਤ ਕਰ ਤਾਰੇ ਰਾਤਾਂ ਨਿਰਨ ਵਾਲੇ, ਫਿਰ ਭਾਈ ਸਾਹਿਬ ਦੱਸਦੇ ਆ, ਪਰੰਤੂ ਜਦੋਂ ਰਾਤ ਮੁੱਕਦੀ ਹੈ ਸੂਰਜ ਚੜ੍ਹਦਾ ਅਤੇ ਫਿਰ ਆਪਣੇ ਚੰਨ ਨਾਲ ਤਾਰਿਆਂ ਨੂੰ ਸੂਰਜ ਜਿਹੜਾ ਛੁਪਾ ਲੈਂਦਾ, ਰਾਤ ਦਾ ਹਨੇਰਾ ਖਤਮ ਹੋ ਜਾਂਦਾ, ਦੂਰ ਹੋ ਜਾਂਦਾ ਹੈ, ਬੰਧਨ ਮੁਕਤ ਕਰਾਏ ਦਾ ਨਾਮ ਦਾ ਨਿਸ਼ਾਨ ਵਿਚਾਰਿਆ, ਫਿਰ ਹਨੇਰੇ ਤੋਂ ਪੈ ਕਰਕੇ ਘਰ ਜਿਹੜੇ ਲੋਕ ਬੰਦ ਹੋਏ ਸੀ ਉਹ ਲੋਕਾਂ ਨੂੰ ਵੀ ਪ੍ਰਕਾਸ਼ ਦੇ ਲਿਆਉਂਦਾ, ਬੰਧਨਾਂ ਤੋਂ ਛਡਾ ਦਿੰਦਾ ਅਤੇ ਨਾਮ ਦਾ ਨਿਸ਼ਾਨ ਕਰਨ ਦਾ ਸਮਾਂ, ਹਾਂਜੀ, ਵਿਚਾਰਿਆ ਉਹ ਲੋਕਾਂ ਨੂੰ ਵੀ ਦਿੰਦਾ ਵੀ ਉੱਠੋ, ਹਾਂਜੀ, ਕਰਮ ਕਿਰਿਆ ਕਰੋ, ਇਸ਼ਨਾਨ ਕਰੋ, ਨਾਮ ਜਪੋ, ਦਾਨ ਕਰੋ। ਉਹ ਸੂਰਜ ਦੇ ਪ੍ਰਕਾਸ਼ ਨਾਲ ਫਿਰ ਗੁਰਮੁਖ ਤੇ ਇੱਧਰ ਲੱਗ ਜਾਂਦੇ ਆ, ਗੁਰਮੁਖ ਸੁਖਫਲ ਸਾਧ ਸੰਗਤ ਪਸ਼ੂ ਪ੍ਰੇਤ ਪਤ ਨਿਸਤਾਰੇ। ਇਸ ਤਰ੍ਹਾਂ ਜਿਹੜੇ ਗੁਰਮੁਖ ਸੁੱਖਾਂ ਦਾ ਫਲ, ਸਾਧੂਆਂ ਦਾ ਜਿਹੜਾ ਸੰਗ ਹੈ ਜਿਹਦੇ ਨਾਲ ਉਹ ਪਸ਼ੂ ਪ੍ਰੇਤ ਵਰਗੇ ਜਿਹੜੇ ਪਤਤ ਭੁੱਲੇ ਜੀਵ ਆ ਉਹਨਾਂ ਨੂੰ ਵੀ ਸਿੱਧੇ ਰਾਹ ਲਾ ਕੇ ਮੁਕਤ ਨਿਸਤਾਰਾ ਕਲਿਆਣ ਕਰ ਦਿੰਦੇ ਆ। ਪਰਪਕਾਰੀ ਗੁਰੂ ਪਿਆਰੇ, ਜਿਹੜੇ ਪਰਪਕਾਰੀ ਹੈ, ਗੁਰੂ ਘਰ ਦੀ ਸੇਵਾ ਕਰਦੇ ਹੈ, ਉਹ ਮਹਾਰਾਜ ਨੂੰ ਪਿਆਰੇ ਲੱਗਦੇ ਆ। ਮਾਨ ਸਰੋਵਰ ਆ ਕੇ ਉੱਪਰ ਹੰਸ ਬੰਸ ਵਸੰਦੇ, ਔਰ ਕਹਿੰਦੇ ਸੁਬੰਸ ਉੱਤਮ ਬੰਸ ਹੰਸ ਰੂਪ ਸੰਤ ਜਿਹੜੇ ਗੁਰਸਿੱਖ, ਕਹਿੰਦੇ ਜਿਹਨੂੰ ਮਾਨ ਸਰੋਵਰ ਆਖਦੇ ਆ ਉੱਥੇ ਚੰਗੀ ਬੰਸ ਵਾਲੇ ਹੰਸਾਂ ਦਾ ਵਾਸਾ ਹੁੰਦਾ। ਮੋਤੀ ਮਾਨਕ ਮਾਨਸਰ ਚੁਣ ਚੁਣ ਹੰਸਾਂ ਬੋਲ ਚੁਗੰਦੇ, ਮੋਤੀ ਮਾਨਕ ਅਤੇ ਮਾਨ ਸਰੋਵਰ ਤੇ ਚੁਣ ਚੁਣ ਕੇ ਹੰਸ ਉਹ ਜਿਹੜੇ ਅਮੋਲਕ ਚੋਗ ਨੂੰ ਚੁਗਦੇ, ਖੀਰ ਨੀਰ ਨਿਵਾਰਦੇ, ਲਹਿਰੀ ਅੰਦਰ ਫਿਰ ਤੁਰੰਦੇ। ਫਿਰ ਭਾਈ ਸਾਹਿਬ ਕਹਿੰਦੇ ਦੁੱਧ ਪਾਣੀ ਦਾ ਹੰਸ ਨਖੇੜਾ ਕਰਦੇ ਆ ਅਤੇ ਮਾਨ ਸਰੋਵਰ ਤੇ ਲਹਿਰਾਂ ਮਾਰਦੇ ਪਾਣੀ ਵਿੱਚ ਉਹ ਤਰਦੇ ਰਹਿੰਦੇ ਆ। ਮਾਨ ਸਰੋਵਰ ਛੱਡ ਕੇ ਹੋਰ ਥਾਂ ਨੂੰ ਜਾਏ ਬਹਿੰਦੇ, ਉਹ ਮਾਨ ਸਰੋਵਰ ਛੱਡ ਕੇ ਹੋਰ ਜਗ੍ਹਾ ਨਹੀਂ ਬਹਿੰਦੇ, ਕਾਂ ਤੇ ਜਾ ਗੰਦੀਆਂ ਰੂੜੀਆਂ ਦੇ ਬਹਿੰਦੇ ਪਰ ਹੰਸ ਮਾਨ ਸਰੋਵਰ ਤੇ। ਇਸ ਤਰ੍ਹਾਂ ਗੁਰਮੁਖ ਸਾਧ ਸੰਗ ਰਹਿੰਦੇ, ਮਨਮੁਖ ਕੁਸੰਗਤ ਜਾਂਦੇ, ਗੁਰਮੁਖ ਸੁਫਲ ਸਾਧ ਪਰਮਹੰਸ ਗੁਰਸਿੱਖ ਜਾਂਦੇ। ਫਿਰ ਭਾਈ ਸਾਹਿਬ ਦੱਸਦੇ ਆ ਇਸ ਤਰ੍ਹਾਂ ਸਾਧ ਸੰਗਤ ਸੁੱਖਾਂ ਦਾ ਜਿਹੜਾ ਫਲ, ਗੁਰਮੁਖ ਵਾਸਤੇ ਮਨ ਸਰੋਵਰ ਆ, ਪਰਮਹੰਸ ਗੁਰੂ ਦੇ ਸਿੱਖ ਬੈਠ ਕੇ ਸੋਭਾ ਪਾਉਂਦੇ ਆ ਅਤੇ ਫਿਰ ਉਹ ਜਿਹੜੇ ਗੁਰਸਿੱਖ ਹੈਗੇ ਆਪਣੇ ਇੱਕ ਮਨ ਨਾਮ ਇੱਕ ਧਿਆਨ ਦੇ ਦੂਜੇ ਭੈਣ ਜਾਏ ਫਿਰਦੇ, ਫਿਰ ਉਹ ਜਿਹੜੇ ਗੁਰਮੁਖ ਪਿਆਰੇ ਹੈ ਮਨ ਨੂੰ ਇਕਾਗਰ ਕਰਦੇ, ਪਰਮੇਸ਼ੁਰ ਨੂੰ ਧਿਆਉਂਦੇ ਆ, ਦਵੈਤ ਭਾਅ ਨਹੀਂ ਘੁੰਮਦੇ, ਸ਼ਬਦ ਸੁਰਤ ਲੇਵਲ ਅੱਖ ਰੱਖਦੇ।
ਇਹ ਭਾਈ ਸਾਹਿਬਾਨ ਦੇ ਸ਼ਬਦ ਨੂੰ ਸੁਰਤੀ ਜੋੜ ਕੇ ਅਲੱਖ ਪ੍ਰਭੂ ਨੂੰ ਲੱਖ ਲੈਂਦੇ, ਜਾਣ ਲੈਂਦੇ ਆ, ਔਰ ਕਹਿੰਦੇ ਉਹਦਾ ਦਰਸ਼ਨ ਕਰਦੇ ਆ। ਇਸ ਕਰਕੇ ਫਿਰ ਜਿਹੜੇ ਗੁਰਮੁਖ ਆ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੈ, ਅਤੇ ਜਿਹੜੇ ਮਨਮੁੱਖ ਆ ਉਹ ਸੰਸਾਰ ਦੇ ਉੱਤੇ ਆਪਣਾ ਜੀਵਨ ਵਿਅਰਥ ਗੁਆ ਕੇ ਚਲੇ ਜਾਂਦੇ ਆ। ਸੋ ਇਸ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਹਰੀਓਮ ਸਿੰਘ ਜੀ ਨੇ ਆਪਣੇ 17 ਸਾਲ ਸੇਵਾ ਕੀਤੀ ਔਰ ਕੋਈ ਬਹੁਤਾ ਕਸ਼ਟ ਨਹੀਂ ਭੋਗਿਆ, ਅਤੇ ਸੇਵਾਦਾਰ ਦਾ ਮਹਾਰਾਜ ਕਿਰਪਾ ਕਰਦੇ ਆ। ਅੰਤ ਸਮੇਂ ਵੀ ਸੇਵਾਦਾਰ ਉਹਨਾਂ ਦੇ ਪਾਸ ਸੁਖਮਨੀ ਸਾਹਿਬ ਦੇ ਪਾਠ ਕਰਦੇ ਰਹੇ, ਅਤੇ ਆਪਣਾ ਵੀ ਉਹਨਾਂ ਦਾ ਜੀਵਨ ਜਿਵੇਂ ਫੌਜੀ ਬੰਦੇ ਜਿਹੜੇ ਉਹਨਾਂ ਵਿੱਚ ਡਿਸਿਪਲਿਨ ਹੁੰਦਾ, ਮਰਯਾਦਾ ਹੁੰਦੀ ਹੈ, ਅਤੇ ਇਸੇ ਕਰਕੇ ਫੌਜੀਆਂ ਦੇ ਵਿੱਚ ਬਹੁਤ ਗੁਰਸਿੱਖ ਹੋਏ ਆ, ਸਾਧੂ ਸੰਤ ਵੀ ਹੋਏ ਆ, ਕਿ ਉੱਥੇ ਹੁਕਮ ਮੰਨਣ ਦੀ ਆਦਤ ਹੁੰਦੀ ਹੈ। ਇੱਕ ਮੌਤ ਦਾ ਜਿਹੜਾ ਡਰ ਤਿਆਗ ਕੇ ਰਾਸ਼ਟਰ ਦੀ ਦੇਸ਼ ਦੀ ਸੇਵਾ ਹੁੰਦੀ ਹੈ, ਅਤੇ ਇਸ ਕਰਕੇ ਫਿਰ ਪਰਮੇਸ਼ੁਰ ਨੂੰ ਜਿਹੜੇ ਚੇਤੇ ਨਾਲ ਕਰਦੇ ਆ, ਅਤੇ ਇਸੇ ਤਰ੍ਹਾਂ ਫਿਰ ਆਪਣਾ ਜੀਵਨ ਸਫਲ ਕਰਨ ਵਾਸਤੇ ਸਾਧ ਸੰਗਤ ਦੀ ਗੁਰੂ ਮਹਾਰਾਜ ਦੀ ਬਾਣੀ ਦੀ ਓਟ ਲੈਂਦੇ ਆ, ਅਤੇ ਉਸ ਅਸਥਾਨ 'ਤੇ ਮਰਯਾਦਾ 'ਚ ਰਹੇ, ਡੇਰਿਓਂ ਬਾਹਰ ਨਹੀਂ ਜਾਣਾ, ਅਤੇ ਆਪਣਾ ਨਿਯਮ ਵਿੱਚ ਭਜਨ ਬਾਣੀ ਹਰ ਵੇਲੇ ਕਰਦੇ ਰਹਿਣਾ, ਔਰ ਨਾ ਵਾਧੂ ਗੱਲ ਕਰਨੀ, ਨਾ ਕਿਸੇ ਦੀ ਨਿੰਦਿਆ ਚੁਗ ਲੈਣਾ, ਅਤੇ ਇਸ ਤਰ੍ਹਾਂ ਪਰਿਵਾਰ ਦਾ ਵੀ ਬਹੁਤ ਤਿਆਗ ਕੇ, ਅਤੇ 17 ਸਾਲ ਥੋੜ੍ਹੇ ਨਹੀਂ ਹੁੰਦੇ, ਬੜੇ ਲੰਮੀ ਸੇਵਾ ਕਰਕੇ ਆਪਣਾ ਜਿਹੜਾ ਜੀਵਨ ਸੀ ਸਵਾਰ ਹੋਇਆ। ਜਿਵੇਂ ਮਹਾਰਾਜ ਨੇ ਕਿਹਾ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਔਰ ਕਿਉਂਕਿ ਗੁਰਮੁਖ ਜਿਹੜਾ ਗੁਰੂ ਦੇ ਮੁੱਖ ਸਨਮੁੱਖ ਹੋ ਕੇ ਗੁਰੂ ਦੇ ਬਚਨਾਂ ਦੀ, ਸੰਗਤ ਦੇ ਬਚਨਾਂ ਦੀ ਕਮਾਈ ਕਰਦਾ, ਅਤੇ ਮਹਾਰਾਜ ਵੀ ਫਿਰ ਕਿਰਪਾ ਕਰਕੇ ਉਹਨਾਂ ਨੂੰ ਉੱਚੀ ਸੁੱਚੀ ਜਿਹੜੀ ਅਵਸਥਾ ਦੇ ਦਿੰਦੇ ਆ। ਇਸ ਕਰਕੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਐਸੇ ਗੁਰਮੁਖਾਂ ਵਾਸਤੇ ਬਹੁਤ ਬਚਨ ਜਿਹੜੇ ਆ ਲਿਖੇ ਆ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਅਤੇ ਮਹੱਲੇ 'ਚ ਵੀ ਆਪਣਾ ਪ੍ਰੇਮ ਉਹਨਾਂ ਨੇ ਵੰਡਿਆ, ਅਤੇ ਸੰਗਤ ਦੀ ਸੇਵਾ ਕਰਕੇ ਆਪਣਾ ਮੂਲਕ ਜਨਮ ਸਫਲ ਕੀਤਾ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਿਉਂਕਿ ਲੱਖ 84 ਜੂਨ ਫੇਰ ਫਰਾਇਆ, ਮਨ ਸਿੰਘ ਦੁਲੰਬ ਕਰਮੀ ਪਾਇਆ, ਉੱਤਮ ਗੁਰੂ ਪੰਥ ਆਪ ਗਵਾਇਆ, ਸਾਧ ਸੰਗਤ ਰਹਿ ਰਾਸ ਪੈਰੀਂ ਪਾਇਆ, ਨਾਮ ਦਾ ਨਿਸ਼ਨਾਨ ਸੱਚ ਦਿਲਾਇਆ, ਸਭ ਸੁਰਤ ਲੈਣ ਪਾਉਣਾ ਪਾਇਆ। ਉਹ ਜਿਹੜੇ ਗੁਰਮੁਖ ਪਿਆਰੇ ਆ, ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਪਰਮੇਸ਼ੁਰ ਨੇ 84 ਜੂਨਾਂ ਵਿੱਚ, ਇਹ ਜਿਹੜੀਆਂ 84 ਲੱਖ ਜੂਨਾਂ ਵਿੱਚ ਫੇਰ ਫੇਰ ਕੇ ਕੀ ਹੈ, ਬੜੀਆਂ ਪੁਆਟਣੀਆਂ ਦਿੱਤੀਆਂ, ਬੜਾ ਕਮਾਇਆ, ਹਾਂਜੀ, ਅਤੇ ਕਦੀ ਕੁਝ ਬਣ ਕੇ ਜਨਮ ਜੰਮਿਆ ਮਰਿਆ, ਫਿਰ ਕੁਝ ਹੋਰ ਇਸ ਤਰ੍ਹਾਂ ਦਾ ਜਿਹੜਾ ਚੱਕਰ ਸੀ ਬਣਾਈ ਰੱਖਿਆ, ਅਤੇ ਮਨ ਸੰਤੁਲਨ ਕਰਮ ਪਾਇਆ। ਇਹ ਮਨੁੱਖ ਜਨਮ ਬੜਾ ਦੁਰਲੱਭ ਆ, ਕਰਮ ਉਹਦੀ ਬਖਸ਼ ਨਾਲ ਪ੍ਰਾਪਤ ਹੁੰਦਾ ਹੈ। ਉੱਤਮ ਗੁਰੂ ਪੰਥ ਆਪ ਗਵਾਇਆ, ਫਿਰ
ਕਹਿੰਦੇ ਆ ਭਾਈ ਸਾਹਿਬ ਕਿ ਮਨੁੱਖ ਜਨਮ ਵਿੱਚ ਅੱਗੇ ਗੁਰਮੁਖ ਧੰਨ ਗੁਰੂ ਨਾਨਕ ਸਾਹਿਬ ਜਿਹੜਾ ਹਾਂਜੀ ਗੁਰਮਤਿ ਗਾਡੀ ਜਿਹੜਾ ਉੱਤਮ ਪੰਥ ਹੈ ਉਹ ਚਲਾਇਆ, ਕਿਉਂਕਿ ਇਹ ਆਪਾ ਭਾਵ ਦੂਜ ਵੈਸ ਨੂੰ ਗਵਾਉਣ ਤੋਂ ਹੀ ਪ੍ਰਾਪਤ ਹੁੰਦਾ, ਉਵੇਂ ਨਹੀਂ ਹੁੰਦਾ। ਸਾਸ ਮੇਰਾ ਰਾਸ ਪੈ ਨਹੀਂ ਪਾਇਆ। ਫਿਰ ਕਹਿੰਦੇ ਪ੍ਰਾਪਤ ਕਿਵੇਂ ਹੋਇਆ? ਸਾਸਾਂ ਜਾ ਕੇ ਜਿਹੜੀ ਗੁਰਸਿੱਖਾਂ ਲਈ ਰਹਿ ਰਾਸ ਰੋਹ ਰੀਤੀ ਹੈ ਉਹ 'ਤੇ ਚੱਲਣਾ ਗੁਜ਼ਰਨਾ ਪੈਰੀ ਪਾਉਣਾ ਨਿਮਰਤਾ ਧਾਰਨ ਕਰਨਾ ਪ੍ਰਾਪਤ ਹੁੰਦਾ ਹੈ। ਨਾਮ ਦਾ ਨਿਸ਼ਾਨ ਸੱਚ ਰੜਾਇਆ। ਫਿਰ ਕਹਿੰਦੇ ਹੈ ਸਾਧਸੰਗ ਮਿਲਾਪ ਤੋਂ ਨਾਮ ਦਾ ਨਿਸ਼ਾਨ ਸੱਚ ਨੂੰ ਆਪਣੇ ਜੀਵਨ 'ਚ ਪਕਿਆਈ ਨਾਲ ਧਾਰਨ ਕੀਤਾ, ਛਲ ਸੁਰ ਲਿਵਲੀਣ ਪਾਉਣਾ ਪਾਇਆ। ਫਿਰ ਕਹਿੰਦੇ ਸਦਾ ਗੁਰੂ ਦੇ ਸ਼ਬਦ ਵਿੱਚ ਧਿਆਨ ਸੁਰਤੀ ਨੂੰ ਜੋੜੀ ਰੱਖਿਆ, ਲਿਵਲੀਨ ਹੋ ਕੇ ਪਰਮੇਸ਼ਰ ਦੇ ਬਾਣੇ ਨੂੰ ਚੰਗਾ ਜਾਣਨ ਲੱਗ ਜਾਣਾ, ਇਹ ਗੁਰਮੁਖਾਂ ਦੀ ਰੋਹ ਰੀਤੀ ਹੈ। ਇਸ ਕਰਕੇ ਫਿਰ ਜਿਹੜਾ ਗੁਰਮੁਖ ਹੈ ਉਹਨੇ ਜੀਵਨ ਦੀ ਯੁਗਤੀ ਆ ਜਾਂਦੀ। ਗੁਰਮੁਖ ਸੁਰ ਸਜਾਣ ਗੁਰ ਸਮਝਾਇਆ, ਗੁਰੂ ਨੇ ਸਮਝਾਇਆ ਸਿਖਾਇਆ, ਗੁਰਮੁਖ ਆਪ ਤੋਂ ਆਪ ਸਿਆਣੇ ਅਤੇ ਸੁਜਾਣ ਮੰਨੇ ਜਾਣ ਵਾਲੇ ਬੜੇ ਚਤੁਰ ਹੁੰਦੇ ਆ, ਉਹਨਾਂ ਨੂੰ ਸੋਝੀ ਹੁੰਦੀ ਹੈ। ਮਹਿਮਾਨੀ ਮਹਿਮਾਨ ਮਜਲਸ ਆਇਆ, ਉਹ ਸੰਸਾਰ 'ਚ ਆਏ ਮਹਿਮਾਨੀ ਪ੍ਰਾਹੁਣਿਆਂ ਨੂੰ ਜੋ ਠੀਕ ਪ੍ਰਾਹੁਣੀ ਛਾਣੀ ਕਰਦੇ ਕਰਾਉਂਦੇ, ਕਾਰ ਵਿਹਾਰ ਵੀ ਸਹੀ ਢੰਗ ਨਾਲ, ਪਰਮਾਰਥ ਨੂੰ ਵੀ ਸਹੀ ਢੰਗ ਨਾਲ ਚਲਾਉਂਦੇ ਆ। ਖਵਾਲੇ ਸੋ ਖਾਣ ਪੀਏ ਪਿਆ। ਇਹ ਗੁਰਮੁਖ ਪਿਆਰੇ ਜਿਹੜੇ ਆ ਉਹ ਕਹਿੰਦੇ ਆ ਸੰਸਾਰ ਦਾ ਜਿਹੜਾ ਮਾਲਕ ਪਰਮੇਸ਼ਰ ਉਹਨੂੰ ਘਰ ਹਾਂਜੀ ਭੋਜਨ ਪਾਣੀ ਦਿੰਦਾ, ਉਹੀ ਖਾਂਦੇ ਆ, ਜੋ ਪੀਣ ਨੂੰ ਮਿਲੋ ਪੀਂਦੇ ਆ, ਭਾਵ ਲੋਭ ਲਾਲਚ ਤੋਂ ਸੁਤੰਤਰ ਹੈਗੇ ਆ ਉਹ। ਕਰੇ ਨਾ ਗਰਭ ਗਮਾਨ ਹੱਸੇ ਸਾਹ। ਫਿਰ ਉਹ ਜਿਹੜੇ ਗੁਰਮੁਖ ਪਿਆਰੇ ਆ ਨਾ ਉਹ ਕਿਸੇ ਗੱਲ ਦਾ ਹੰਕਾਰ ਜਾਂ ਗਰਭ ਗਮਾਨ ਨਹੀਂ ਕਰਦੇ, ਹੈਂ ਜਿੰਨਾ ਪਰਮੇਸ਼ਰ ਹੱਸਣ ਸਾਹ ਨਵੇਂ ਹਸਾਵੇ ਉਹਨਾਂ ਕੇ ਹੱਸਦੇ, ਵਾਧੂ ਗੱਪਾਂ ਨਹੀਂ ਮਾਰਦੇ ਹਾਂਜੀ। ਅਤੇ ਜਿਹੜੇ ਫਜੂਲ ਹਾਸੇ ਇਹਨਾਂ ਤੋਂ ਵੀ ਉਹ ਨਿਰਲੇਪ ਰਹਿੰਦੇ ਆ, ਕਿਸੇ ਗੱਲ ਦਾ ਗੁਮਾਨ ਨਹੀਂ ਕਰਦੇ। ਔਰ ਭਾਂਗੜਾ ਪ੍ਰਵਾਨ ਕਾਇ ਸੁਹਾਇਆ, ਮਜਲਿਸ ਕਰ ਹੈਰਾਨ ਉੱਠ ਸੁਧਾਇਆ। ਇਸ ਕਹਿੰਦੇ ਜਿਹੜੇ ਗੁਰਮੁਖ ਹੈਗੇ ਆ ਉਹਨਾਂ ਦੇ ਲੱਛਣ ਭਾਈ ਸਾਹਿਬ ਦੱਸਦੇ ਆ, ਸੰਸਾਰ ਪ੍ਰਾਹੁਣਿਆਂ ਨੂੰ ਆਉਣਾ ਪ੍ਰਵਾਨ ਹੁੰਦਾ, ਉਹ ਬੜੇ ਚੰਗੇ ਸ੍ਰੇਸ਼ਟ ਕੰਮਾਂ ਵਿੱਚ ਸੁਭਾਵਮਨ ਹੁੰਦੇ, ਬੁਰੇ ਕੰਮ ਦੀ ਰੁਚੀ ਦਾ ਨਾਸ ਕਰ ਦਿੰਦੇ। ਗੁਰਮਿਕਸ ਤਰ੍ਹਾਂ ਉੱਚੀ ਸੁੱਚੀ ਜ਼ਿੰਦਗੀ ਜਿਹੜੀ ਸੰਸਾਰ ਤੋਂ ਬਿਤਾ ਕੇ ਸੰਸ ਤੋਂ ਜਾਂਦੇ ਆ ਹਾਂਜੀ, ਪਿਛਲੇ ਯਾਦ ਕਰਨ ਵਾਲੇ ਨੂੰ ਹੈਰਾਨ ਕਰਨ ਵਾਲੇ ਕਾਰਨਾਮਿਆਂ ਦੀ ਉਹ ਦਾਸਤਾਨ ਜਿਹੜੀ ਕਥਾ ਦੇ ਜਾਂਦੇ ਆ, ਕਿਉਂਕਿ ਉਹਨਾਂ ਨੇ ਜਾਣ ਲਿਆ ਵੀ ਸੰਸਾਰ ਦੇ ਉੱਤੇ ਸਦਾ ਤਾਂ ਰਹਿਣਾ ਨਹੀਂ ਅਤੇ ਇਹ ਸੰਸਾਰਿਕ ਮੁਸਾਫਰ ਖਾਨਾ ਅਤੇ ਭਜਨ ਬਾਣੀ ਕਰਕੇ ਆਪਣੇ ਜਨਮ ਨੂੰ ਸਵਾਰ ਲਈਏ। ਸੋ ਇਸ ਤਰ੍ਹਾਂ ਫਿਰ ਗੁਰਮੁਖ ਜਿਹੜੇ ਜਾਣਦੇ ਵੀ ਚਾਰ ਦਿਨ ਦਾ ਠਾਠਾ ਵਗਾਇਆ, ਇੱਥੇ ਮੋਹ ਕੀ ਪਾਉਣਾ, ਭਜਨ ਬਾਣੀ ਕਰਕੇ ਅੱਗਾ ਸਵਾਰ ਲਈਏ। ਗੋਇਲੜਾ ਦਿਨ ਚਾਰ ਗੁਰਮੁਖ ਜਾਣੇ ਇਸ ਸਾਲ ਗੋਇਲੜੇ ਗਾਈਆਂ ਮਈਆਂ ਦੇ ਚਰਨ ਵਾਲੀ ਥਾਂ ਨੂੰ ਚਾਰ ਦਿਨਾਂ ਦਾ ਮੇਲਾ ਹੈ। ਇਸ ਗੱਲ ਨੂੰ ਗੁਰਮੁਖ ਚੰਗੀ ਤਰ੍ਹਾਂ ਜਾਣਦੇ ਆ ਵੀ ਜਾਣਾ ਤਾਂ ਹੈ ਹੀ,
ਜਿਹੜੀ ਉਮਰ ਆ ਪਰਮੇਸ਼ੁਰ ਦੇ ਗੁਰੂ ਦੇ ਸੰਗਤ ਦੇ ਲੇਖੇ ਲੱਗ ਜਾਏ। ਮੰਜੀ ਲੈ ਮਿਹਮਾਰ ਮਿਹਵਾਰ ਚੋਜ ਬਣਾਉਣਾ, ਫਿਰ ਉਹ ਜਿਹੜੇ ਮਾਹੀ ਲੋਕ ਹੈ ਨਾ ਮੱਝਾਂ ਨੂੰ ਚਾਰਨ ਵਾਲੇ, ਜਿਵੇਂ ਗਊਆਂ ਮੱਝਾਂ ਨੂੰ ਚਾਰਨ ਲਈ ਬਾਹਰ ਜਿਹੜੀਆਂ ਬਿਆਦ ਜਾ ਚਲੇ ਜਾਂਦੇ, ਗਊਆਂ ਮੱਝੀਆਂ ਚੜਦੀਆਂ ਉਹ ਉੱਥੇ ਫਿਰ ਉਸ ਚਰਜ ਢੰਗ ਨਾਲ ਦੌੜੀਆਂ ਭੱਜਦੀਆਂ ਖੇਡਾਂ ਖੇਡਦੇ ਆ। ਇਸ ਕਰਕੇ ਹੈ ਬਰਸੇ ਨਜ਼ਰ ਤਾਰ ਅਮਰਤ ਬਾਣੀ, ਫਿਰ ਉਹ ਮੀਂਹ ਦੀ ਨਜ਼ਰ ਇੱਕ ਜਿਹੜੀ ਤਾਰਾ ਬਰਸ ਦੀ ਵਿੱਚ ਵੀ ਜਾਂਦੇ ਆ, ਉੱਥੇ ਆ ਕੇ ਮਿੱਠੇ ਮਿੱਠੇ ਗੀਤ ਗਾਉਂਦੇ ਆ, ਸਮੇਂ ਨੂੰ ਬਿਅਰਥ ਨਹੀਂ ਗਾਉਂਦੇ ਹੈ। ਬੰਜਲੀਆਂ ਚੀਗਾਰ ਮਜਲਿਸ ਬਾਣੀਆਂ, ਫਿਰ ਉਹ ਜਿਹੜੇ ਬੰਜਲੀਆਂ ਬੰਸਰੀਆਂ ਦੀ ਮਸਤ ਧੁਨ ਵਜਾ ਕੇ ਆਪਣੇ ਸਾਥੀਆਂ ਨਾਲ ਰੰਗ ਆਨੰਦ ਜਿਹੜੇ ਮਾਣਦੇ ਆ, ਗਾਣੋ ਰਾਗ ਗਾਵਣ ਮਾਜ ਮਲਾਰ ਸੂਟ ਸਜਾਉਣੇ, ਉਹ ਫਿਰ ਰਾਗਾਂ ਦੇ ਵੀ ਜਾਣੂ ਹੁੰਦੇ। ਇਸ ਲਈ ਸਿਆਣੇ ਗੋਈ ਮਾਜ ਅਤੇ ਮਲਾਰ ਦੀਆਂ ਧੁਨਾਂ ਜਿਹੜੀਆਂ ਉਹਦੇ ਵਿੱਚ ਉਹ ਗਾਉਂਦੇ ਆ, ਮਨ ਵਸ ਕਰ ਲੈਣ ਫਿਰ ਰਾਗ ਲੱਭਦੇ ਆ, ਭਾਵ ਹਰੀ ਦੇ ਜਸ ਵਿੱਚ ਲੱਗੇ ਰਹਿੰਦੇ ਆ। ਹਉਮੈ ਗਰਬ ਨਿਵਾਰ ਮਨ ਵਸਣ, ਫਿਰ ਕਹਿੰਦੇ ਅਹੰਕਾਰ ਨੂੰ ਦੂਰ ਕਰਕੇ ਮਨ ਨੂੰ ਵਸ ਕਰਨ ਵਿੱਚ ਲਿਆਉਂਦੇ ਆ। ਹਰ ਵੇਲੇ ਆਪਣਾ ਸਮਾਂ ਜਿਹੜਾ ਉਹ ਭਜਨ ਸਿਮਰਨ ਬਤੀਤ ਕਰਦੇ ਆ। ਗੁਰਮੁਖ ਸਾਹਿਬ ਦੇ ਵਿਚਾਰ ਸਾਹਿਬ ਸਿਆਣੇ ਗੁਰਮੁਖ ਇਸ ਤਰ੍ਹਾਂ ਸ਼ਬਦ ਦੀ ਵਿਚਾਰ ਕਰਦੇ ਰਹਿੰਦੇ ਆ, ਸੱਚ ਨੂੰ ਪਛਾਣ ਲੈਂਦੇ ਆ। ਹਾਂਜੀ, ਕਿ ਇਹ ਜਿਹੜਾ ਸੰਸਾਰ ਆ ਕਿ ਇੱਕ ਮੁਸਾਫਰਖਾਨੇ ਦੀ ਨਿਆਈਆਂ, ਇੱਥੇ ਮੋਹ ਪਾ ਕੇ ਆਪਣਾ ਜੀਵਨ ਨਿਸਫਲ ਨਾ ਗੁਆਈਏ। ਉਹ ਫਿਰ ਜਿਹੜੇ ਗੁਰਮੁਖ ਹੈ ਭਜਨ ਬਾਣੀ ਦੇ ਵਿੱਚ ਹੀ ਲੱਗੇ ਰਹਿੰਦੇ ਆ, ਅਤੇ ਗੁਰੂ ਮਹਾਰਾਜ ਵੀ ਫਿਰ ਉਹਨਾਂ ਨੂੰ ਮੁਕਤੀ ਦਾ ਜਿਹੜਾ ਆਨੰਦ ਆ ਉਹ ਦੇ ਦਿੰਦੇ ਆ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਭਾਈ ਸਫਲ ਹੋ ਜਾਂਦਾ। ਸੋ ਇਸ ਕਰਕੇ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਭਜਨ ਬਾਣੀ ਕਰਕੇ ਆਪਣਾ ਜਿਹੜਾ ਜੀਵਨ ਆ ਸਫਲ ਕਰ ਲਈਏ। ਕਿਉਂ ਗੁਰਮੁਖ ਸਾਧੂ ਸੰਗਤ ਚੱਲਣ ਜਾਣਿਆ, ਗੁਰਮੁਖਾਂ ਨੇ ਸਾਧੂਆਂ ਦੀ ਸੰਗਤ ਕਰਕੇ ਉੱਚ ਬਹਿ ਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਿਆ ਕਿ ਸੰਸਾਰ ਜਿਹੜਾ ਅਸਥਿਰ ਸਦਾ ਰਹਿਣ ਵਾਲਾ ਨਹੀਂ, ਇੱਕ ਦਿਨ ਜ਼ਰੂਰ ਇੱਥੋਂ ਜਾਣਾ ਹੀ ਪੈਣਾ ਹੈ। ਜੇ ਦੋ ਸੰਤ ਸੋ ਰੰਗ ਸਭ ਰੰਗ ਮਾਣਿਆ, ਫਿਰ ਕਹਿੰਦੇ ਆ ਮਨੁੱਖਾ ਜਨਮ ਬਸੰਤ ਦੀ ਬਹਾਰ ਵਰਗਾ, ਖੁਸ਼ੀਆਂ ਖੇਡਿਆਂ ਵਾਲਾ ਸਮਾਂ ਜਿਹਦੇ ਸਭ ਰੰਗਾਂ ਨੂੰ ਗੁਰਮੁਖਾਂ ਨੇ ਹਿਰਦੇ ਵਿੱਚ ਸਾਧ ਸੰਗਤ ਦੇ ਵਿੱਚ ਮਾਣਿਆ। ਸਾਵਣ ਲਹਿਰ ਤਰੰਗ ਜੀਰ ਨੇ ਵਾਣਿਆ, ਫਿਰ ਭਾਈ ਗੁਰਦਾਸ ਕਹਿੰਦੇ ਸਾਵਣ ਦੇ ਮਹੀਨੇ ਜਿਵੇਂ ਵਰਖਾ ਦੇ ਮੀਂਹ ਦਾ ਪਾਣੀ ਨਵਾਉਣ ਵੱਲ ਜਾਂਦਾ, ਗੁਰਮੁਖੀ ਤੋਂ ਸਿੱਖਿਆ ਲੈ ਕੇ ਨਿਮਰਤਾ ਧਾਰਦੇ ਆ। ਸੰਸਾਰ ਦੇ ਜਿਹੜੇ ਭੋਗਾਂ ਦੇ ਹਾਂਜੀ ਰਸਾਂ ਕਸਾਂ ਤੋਂ ਉਹਨੇ ਆਪਣਾ ਮੂੰਹ ਜਿਹੜਾ ਮੋੜ ਲਿਆ ਹੈ। ਹਾਂਜੀ, ਇਸ ਕਰਕੇ ਸੱਜਣ ਮੇਲ ਸੋ ਢੰਗ ਚੋਜ ਵਟਾਉਣੇ। ਫਿਰ ਗੁਰਮੁਖ ਜਿਹੜੇ ਸੱਜਣਾਂ ਦਾ ਮੇਲ ਬੜੇ ਸੁੰਦਰ ਰੰਗ ਢੰਗ ਵਾਲਾ ਅਸ਼ਰਤ ਕੌਤਕਾਂ ਵਾਲਾ ਹੁੰਦਾ ਹੈ, ਅਤੇ ਸੰਸਾਰੀ ਲੋਕ ਵੀ ਦੇਖ ਕੇ ਹੈਰਾਨ ਹੁੰਦੇ ਆ ਗੁਰਮੁਖ ਨੂੰ ਭੰਗ ਦਰ ਪਰਵਾਣਿਆ। ਫਿਰ ਭਾਈ ਗੱਲਾ ਕਹਿੰਦੇ ਗੁਰਮੁਖਾਂ ਦਾ ਪੰਥ ਰਸਤਾ ਨਪੰਗ ਨਰੋਲ ਸ਼ੁੱਧ ਮੈਲ ਤੋਂ ਰਹਿਤ ਹੁੰਦਾ ਹੈ, ਔਰ ਪਰਮੇਸ਼ੁਰ ਦੇ ਦਰ ਦਰਵਾਜ਼ੇ 'ਤੇ ਇਹੀ ਪ੍ਰਮਾਣਿਕ
ਰਸਤਾ ਹੈਗਾ ਪ੍ਰਵਾਨ ਗੁਰਮੁਖ ਮੇਲ ਪੰਗ ਸਤ ਸੁਣਨ ਜਿਹੜੇ ਗੁਰਮੁਖ ਆ ਉਹਨਾਂ ਦਾ ਮੇਲ ਟੁੱਟਣ ਵਾਲਾ ਨਹੀਂ। ਹਾਂਜੀ ਸਤਿ ਸਰੂਪ ਅਕਾਲ ਪੁਰਖ ਜਿਹੜਾ ਆ ਉਹੀ ਸੁੰਦਰ ਅਤੇ ਸੋਭਾ ਵਾਲਾ ਉਹਨਾਂ ਨੂੰ ਲੱਗਦਾ ਉਸ ਵਿੱਚ ਇੱਕ ਰਾਸੋ ਲੀਨ ਹੋਏ ਸਿਮਰਨ ਕਰਦੇ ਰਹਿੰਦੇ ਆ। ਸੋ ਇਸ ਤਰ੍ਹਾਂ ਗ੍ਰਹਿਸਥੀ ਜੀਵਨ ਵਿੱਚ ਵੀ ਪੂਰੇ ਉਤਰਨਾ ਅਤੇ ਗ੍ਰਹਿਸਥ ਨੂੰ ਤਿਆਗ ਕੇ ਇੱਧਰ ਸੰਨਿਆਸੀ ਜੀਵਨ 'ਚ ਵੀ ਪੂਰੇ ਉਤਰਨਾ ਇਹ ਗੁਰੂ ਮਹਾਰਾਜ ਕਿਰਪਾ ਕਰੇ ਫਿਰ ਹੀ ਭਾਈ ਐਸੀ ਜੀਵਨ ਯੁਗਤੀ ਮਿਲਦੀ ਹੈ। ਸੋ ਇਹ ਸੱਚੀ ਸੁੱਚੀ ਸ਼ਰਧਾਂਜਲੀ ਤੋਂ ਗੁਰਸਿੱਖਾਂ ਨੂੰ ਇਹੀ ਹੈ ਕਿ ਜਿਵੇਂ ਉਹਨਾਂ ਨੇ ਆਪਣਾ ਜੀਵਨ ਸੰਗਤ ਦੇ ਲੇਖੇ ਲਾ ਕੇ ਆਪਣੇ ਜੀਵਨ ਯਾਤਰਾ ਸਫਲ ਕੀਤੀ ਹੈ, ਆਪਾਂ ਸਾਰੇ ਵੀ ਸਿੱਖਿਆ ਲੈ ਕੇ ਇਸ ਤਰ੍ਹਾਂ ਚੱਲੀਏ ਕਿ ਸਾਡਾ ਵੀ ਜੀਵਨ ਜਿਹੜਾ ਸਫਲ ਹੋ ਜਾਏ। ਕਿਉਂਕਿ ਇੱਕ ਦਿਨ ਤਾਂ ਸੰਸਾਰ ਤੋਂ ਜਾਣਾ ਹੈ, ਮਾਲਕ ਅੱਗੇ ਅਰਦਾਸ ਕਰਨੀ, ਦਇਆ ਕਰਨ, ਦੁੱਖ ਹਰਨ, ਉਚਰਨ, ਨਾਮ ਕੀਰਤਨ, ਦਇਆਲ ਪੁਰਖ ਭਗਵਾਨ, ਨਾਨਕ ਲਿਪਤਨ ਮਾਇਆ ਭਾਏ ਬਲੰਦੜੀ ਬੁਝ ਗਈ ਰਖਮ ਦੜੋ ਪ੍ਰਭਾਵ ਜਿਨ ਭਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਉਹਦੇ ਨਾਮ ਨੂੰ ਜਪਣਾ ਇਹਦੇ 'ਚ ਕਲਿਆਣ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਆਈਆਂ ਸਾਰੀਆਂ ਸੰਗਤਾਂ ਦਾ, ਰਾਗੀ ਸਿੰਘਾਂ ਦਾ, ਗਿਆਨੀ ਸਿੰਘਾਂ ਦਾ, ਸਾਰਿਆਂ ਦਾ ਹੀ ਹਾਂਜੀ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।